ਰਾਸ਼ਨ ਵੰਡ ਸਮਾਰੋਹ ਸਾਡੇ ਮੋਗਾ ਯੂਥ ਵੈਲਫੇਅਰ ਕਲੱਬ ਵੱਲੋਂ ਅੱਜ 102ਵਾਂ ਰਾਸ਼ਨ ਵੰਡ ਸਮਾਰੋਹ ਆਯੋਜਿਤ ਕੀਤਾ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਮੈਂ ਸ਼ਹਿਰ ਵਾਸੀਆਂ ਨੂੰ ਸਮੁੱਚੇ ਸਾਡੇ ਕਲੱਬ ਦੇ ਪ੍ਰਧਾਨ ਸ਼੍ਰੀ ਨੀਰਜ ਬਟਲਾ ਜੀ, ਕਲੱਬ ਦੇ ਸਰਪ੍ਰਸਤ ਸ਼੍ਰੀ ਅਸ਼ੋਕ ਧਮੀਜਾ ਜੀ ਅਤੇ ਸਮੁੱਚੀ ਮੋਗਾ ਯੂਥ ਵੈਲਫੇਅਰ ਕਲੱਬ ਦੀ ਟੀਮ ਵੱਲੋਂ ਦੀਵਾਲੀ ਦੀਆਂ ਅਤੇ ਵਿਸ਼ਵਕਰਮਾ ਡੇ ਦੀਆਂ ਅਸੀਂ ਲੱਖ ਲੱਖ ਵਧਾਈ ਦਿੰਦੇ ਹਾਂ। ਜਿੱਥੇ ਮੈਂ ਦੱਸ ਦੇਵਾਂ ਕਿ ਸਾਡਾ ਇਹ ਰਾਸ਼ਨ ਵੰਡ ਸਮਾਰੋਹ ਪਿਛਲੇ 8 ਸਾਲਾਂ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਸਾਡੇ ਕਲੱਬ ਵੱਲੋਂ ਹਰੇਕ ਮਹੀਨੇ ਦੇ ਦੂਸਰੇ ਐਤਵਾਰ ਲੋੜਵੰਦ ਵਿਧਵਾ ਔਰਤਾਂ ਨੂੰ ਸਾਡੇ ਕਲੱਬ ਵੱਲੋਂ ਰਾਸ਼ਨ ਦਿੱਤਾ ਜਾਂਦਾ ਹੈ, ਜਿਸ ਵਿੱਚ ਉਹਨਾਂ ਦੇ ਘਰ ਦਾ ਘਰੇਲੂ ਸਮਾਨ ਦਿੱਤਾ ਜਾਂਦਾ ਹੈ। ਤਾਂ ਉਸੇ ਲੜੀ ਨੂੰ ਅੱਗੇ ਜਾਰੀ ਰੱਖਦੇ ਹੋਏ, ਜਿਵੇਂ ਕਿ ਪਤਾ ਹੈ ਨਵੰਬਰ ਮਹੀਨੇ ਦਾ ਅੱਜ ਦੂਸਰਾ ਐਤਵਾਰ ਹੈ, ਤਾਂ ਸਾਡੇ ਕਲੱਬ ਵੱਲੋਂ ਲੋੜਵੰਦ ਵਿਧਵਾ ਔਰਤਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ। ਅਤੇ ਪਿਛਲੀ ਅਸੀਂ 31 ਤਰੀਕ ਨੂੰ ਜੋ ਸਾਡੀ ਜਗ੍ਹਾ ਲਈ ਗਈ ਹੈ ਸਾਡੇ ਕਲੱਬ ਵੱਲੋਂ, ਉੱਥੇ ਅਸੀਂ ਹਵਨ ਵੀ ਕਰਵਾਇਆ ਸੀ, ਜੋ ਕਿ ਆਉਣ ਵਾਲੇ ਸਮੇਂ ਲਈ ਇਹਨਾਂ ਲਈ ਲੋੜਵੰਦ ਜੋ ਪਰਿਵਾਰ ਇਹਨਾਂ ਦੇ ਬੱਚਿਆਂ ਲਈ ਅਸੀਂ ਕੋਚਿੰਗ ਸੈਂਟਰ, ਸਿਲਾਈ ਸੈਂਟਰ, ਕੰਪਿਊਟਰ ਸੈਂਟਰ ਖੋਲ੍ਹ ਰਹੇ ਹਾਂ, ਤਾਂ ਜੋ ਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ ਲਈ ਵਰਦਾਨ ਸਾਹਿਬ। ਅਸੀਂ ਇਹਨਾਂ ਨੂੰ ਘਰੇਲੂ ਸਮਾਨ ਦੇ ਰਹੇ ਹਾਂ ਅਤੇ ਦੀਵਾਲੀ ਨਾਲ ਸੰਬੰਧਿਤ ਜਿਵੇਂ ਕਿ ਇਹਨਾਂ ਦੇ ਘਰਾਂ ਵਿੱਚ ਲੋੜ ਹੁੰਦੀ ਹੈ, ਅਸੀਂ ਦੀਵੇ, ਸਰ੍ਹੋਂ ਦਾ ਤੇਲ, ਮੋਮਬੱਤੀਆਂ, ਤਾਂ ਕਿ ਜਿਵੇਂ ਆਮ ਲੋਕ ਦੀਵਾਲੀ ਮਨਾਉਂਦੇ ਆ ਅਤੇ ਇਹਨਾਂ ਦੇ ਦਿਲ ਵਿੱਚ ਵੀ ਇੱਛਾ ਹੁੰਦੀ ਹੈ ਕਿ ਅਸੀਂ ਦੀਵਾਲੀ ਮਨਾਈਏ, ਤਾਂ ਕਿ ਇਹਨਾਂ ਦੇ ਘਰਾਂ ਦੇ ਦੀਵੇ ਵੀ ਹਮੇਸ਼ਾ ਇਸੇ ਤਰ੍ਹਾਂ ਜਗਦੇ ਰਹਿਣ, ਤਾਂ ਅਸੀਂ ਇਹਨਾਂ ਨੂੰ ਦੀਵਾਲੀ ਦਾ ਸਮਾਨ ਜਿੰਨਾ ਵੀ ਸਾਡੇ ਕਲੱਬ ਵੱਲੋਂ ਹੋ ਸਕਿਆ ਅਸੀਂ ਦੇ ਰਹੇ ਹਾਂ।